ਕਰਜ਼ੇ ਲੈ ਕੇ ਨਾ ਤਾਂ ਮੁਲਕ ਚਲਾਉਣੇ ਬੜੇ ਸੌਖੇ ਹੁੰਦੇ ਆ, ਲੇਕਿਨ ਕਰਜ਼ੇ ਵਾਪਸ ਕਰਕੇ ਮੁਲਕ ਚਲਾਓ ਨਾ ਤਾਂ ਫਿਰ ਲੱਗ ਪਤਾ ਜਾਂਦਾ। ਜਿਹਨੇ ਕਰਜ਼ੇ ਲੈ ਕੇ ਮੁਲਕ ਚਲਾਏ ਨਾ, ਉਹ ਸਾਰੇ ਅੱਜ ਬਾਹਰ ਆਰਾਮ ਨਾਲ ਸਕੂਨ ਨਾਲ ਬੈਠੇ, ਕੋਈ ਟੈਨਸ਼ਨ ਨਹੀਂ, ਪਰੇਸ਼ਾਨੀ ਨਹੀਂ ਉਹਨਾਂ ਨੂੰ। ਹੁਣ ਜਿਹੜਾ ਬੰਦਾ ਕਰਜ਼ੇ ਵਾਪਸ ਕਰਨੇ ਦੀ ਕੋਸ਼ਿਸ਼ ਕਰ ਰਿਹਾ, ਮੁਲਕਾਂ ਨੂੰ ਅੱਗੇ ਵੀ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ, ਸਿਆਤ ਨੇ ਨਾਲ ਦੇਖ ਲਓ ਕੱਲ ਜਿਹੜੀ ਬਰਤਾਨੀਆ ਦੀ ਰਿਪੋਰਟ ਆਈ ਹੈ, ਮਹਿਫੂਜ਼ ਤਰੀਨ ਮੁਲਕ ਕਰਾਰ ਦੇ, ਹਰ ਕੰਮ ਕੋਸ਼ਿਸ਼ ਕਰ ਰਿਹਾ, ਲੇਕਿਨ ਤੁਸੀਂ ਲੋਕ ਜਿਹੜੇ ਹੋ ਨਾ ਪਾਕਿਸਤਾਨੀ ਹੋ, ਨਹੀਂ ਸੁਧਰਦੇ ਹੋ, ਕਸਮ ਹੈ। ਕੋਈ ਉਸ ਨੀ ਬਾਲ ਸਪੋਰਟ ਨਹੀਂ ਕਰਦੇ ਹੋ, ਕਦੇ ਤੁਹਾਡੇ ਆਟੇ ਖਤਮ ਹੋਏ, ਕਦੇ ਤੁਹਾਡੀਆਂ ਚੀਨੀਆਂ ਖਤਮ ਹੋਏ, ਕਦੇ ਮਹਿੰਗਾਈ ਹੋ ਜਾਣੀ, ਕਦੇ ਕੀ ਕੱਢ ਕੇ ਲੈ ਆਉਂਦੇ ਹੋ। ਦੋ ਚਾਰ ਸਾਲ ਉਹਨੂੰ ਸਪੋਰਟ ਤਾਂ ਕਰਕੇ ਦੇਖੋ, ਤੁਹਾਨੂੰ ਲੱਗ ਪਤਾ ਜਾਏਗਾ ਮੁਲਕਾਂ ਨੂੰ ਕਿੱਥੇ ਲੈ ਕੇ ਜਾਏਗਾ। ਮਹਿੰਗਾਈ ਹੋ ਗਈ, ਮਹਿੰਗਾਈ ਹੋ ਗਈ, ਤੁਹਾਡੇ ਵਾਸਤੇ ਮਹਿੰਗਾਈ ਨਹੀਂ ਹੋਈ, ਤੁਹਾਡੀ ਉਹੀ ਪਲੇਟ ਭਰਿਆ ਨਹੀਂ, 200 ਨਹੀਂ ਹੈ ਤਾਂ 200 ਨਾਲ ਜਲਾਜਾ ਵੀ ਲੱਭਦਾ ਹੈ।